ਵੀ ਆਪਾਂ ਪਹੁੰਚ ਚੁੱਕੇ ਹਾਂ ਭਰਤਗੜ੍ਹ ਅਤੇ ਆਪਾਂ ਲਵਾਉਣਿਆ ਉਹ ਬੱਤਾ ਜਿਹਾ ਬਾਈ ਅਤੇ ਆ ਬਾਈ ਟਿੱਪਰ ਵਾਲਾ ਆਪਾਂ ਨੂੰ ਜਾਣਦਾ ਸੀ ਭਰਾ ਚਾਹ ਚੂ ਬਾਈ ਨਹੀਂ ਪਈ ਆ ਸੋ ਕਰ ਲੱਗ ਜਾਂਦੇ ਨੇ ਪਿਆਰ ਕਰਨ ਵਾਲੇ ਧੱਕਾ ਕਿੰਨਾ ਗੱਡੀ ਦੇ ਬਾਈ ਹਮੇਸ਼ਾ ਇਹ ਚੀਜ਼ ਤੁਸੀਂ ਦੇਖਿਆ ਕਰੋ ਹੈ ਨਾ ਕਿ ਜਦੋਂ ਵੀ ਆਪਾਂ ਕੋਈ ਚੀਜ਼ ਵੈਲਡਿੰਗ ਕਰਾਉਂਦੇ ਆਪਾਂ ਕਹਿੰਦੇ ਹਾਂ ਵਾਇਰਿੰਗ ਵਗੈਰਾ ਸੜ ਗਈ ਉਹਦਾ ਮੇਨ ਰੀਜ਼ਨ ਇੱਕ ਜਿਹੜਾ ਸਭ ਤੋਂ ਵੱਡਾ ਮੇਨ ਰੀਜ਼ਨ ਆ ਕਿ ਸੁੱਚ ਤਾਂ ਆਪਾਂ ਬੰਦ ਕਰ ਦਿੰਦੇ ਹਾਂ ਪਰ ਉਹਦੇ ਬਾਵਜੂਦ ਵੀ ਜੇ ਤਾਂ ਆਪਾਂ ਘੋੜੇ ਨੂੰ ਵੈਲਡਿੰਗ ਕਰਾਉਣਾ ਯਾਨੀ ਘੋੜੇ ਦੀ ਕਿਸੇ ਚੀਜ਼ ਨੂੰ ਆਪਾਂ ਵੈਲਡਿੰਗ ਕਰਾਉਣਾ ਤਾਂ ਜਿਹੜਾ ਅਰਥ ਆ ਯਾਨੀ ਬਾਡੀ ਅਰਥ ਜਿਹੜਾ ਉਹਨੂੰ ਦੇਣਾ ਹੁੰਦਾ ਤਾਂ ਉਹ ਸਿਰਫ ਘੋੜੇ ਨੂੰ ਦਿੱਤਾ ਜਾਵੇ ਜਿਵੇਂ ਹੁਣ ਆਪਾਂ ਟਰਾਲੀ ਨੂੰ ਕਰਾਉਣਾ ਵੈਲਡਿੰਗ ਲੱਗੂਗਾ ਤਾਂ ਟਰਾਲੀ ਨੂੰ ਹੀ ਜਿਹੜੀ ਸਪਲਾਈ ਅਰਥ ਦੀ ਉਹ ਟਰਾਲੀ ਨੂੰ ਹੀ ਦਿੱਤੀ ਜਾਵੇ ਅਰਥ ਲੱਗ ਚੁੱਕਿਆ ਹੈ ਹੈਪੀ ਕੇ ਦੇਖ ਰਿਹਾ ਮੂਹਰੇ ਹੋ ਕੇ ਉਹ ਤੇਰੀ ਗਲਤ ਸਾਹਮਣੇ ਨਾ ਕਰਦੇ ਪੈਣੇ ਤੇਰੀ ਅੱਖ ਦੇ ਕੀ ਵਜ੍ਹਾ ਅੱਖ ਦੇ ਕੀ ਵਜ੍ਹਾ ਤੇਰੇ ਗਿਰ ਗਿਆ ਸੀ ਟਾਂਕਾ ਨਹੀਂ ਨਿਕਲਦਾ ਹਲੀ ਟਾਂਕੇ ਖੋਲ ਲੈਣਾ ਤੂੰ ਪਹਿਲਾਂ ਅੱਖਾਂ ਖੋਲ ਖੋਲ ਕੇ ਦਿਖਾ ਜਦਾ ਮੇਰੇ ਤਾਂ ਸੂਰਜ ਵੱਜਦਾ ਸੀ ਵੱਜ ਚੁੱਕੇ ਮਾਰ ਕੇ ਖੋਲੀ ਦੇਖਾਂ ਦਰਸ਼ਕ ਦੇਖਣਾ ਚਾਹੁੰਦੇ ਆ ਤੇਰੀਆਂ ਅੱਖਾਂ ਨਸ਼ੀਲੀਆਂ ਅੱਖਾਂ ਤੇਰੀਆਂ ਦੇਖਣਾ ਚਾਹੁੰਦੇ ਨੇ ਜੋੜੀ ਨਾਲ ਘੋੜੀ ਬੱਲੇ ਘੋੜੀ ਦੇ ਮੰਗਰ ਬਸੇਰਾ ਕੰਮ ਨਹੀਂ ਮਾੜਾ ਸਰਕਾਰਾਂ ਮਾੜੀਆਂ ਨੇ ਨੋ ਫਾਰਮਰ ਨੋ ਫੂਡ ਮੂੰਹ ਤੋਂ ਪਰੇ ਕਰ ਅਰੇ ਵਾਹ ਬੇਟਾ ਮੌਜ ਕਰਦੀ ਤੂੰ ਆ ਜਾ ਗ੍ਰੈਂਡਰ ਮਾਰ ਲੈਂਦਾ ਵਧੀਆ ਰਹਿੰਦਾ ਹਨਾ ਨਾਲ ਜੇ ਲੱਗ ਜਾਂਦਾ ਕੰਮ ਜੋੜੀ ਨਾਲ ਘੋੜੀ ਬੱਲੇ ਕੀ ਰਾਇ ਬਣ ਗਈ ਹੁਣ ਹੈ ਕੀ ਰਾਇ ਬਣ ਗਈ ਪ੍ਰੀਤ ਘੈਂਟ ਦਾ ਝਾੜੂ ਫੇਰਤਾ ਹੈ ਓਏ ਹੈ ਓਏ ਪ੍ਰੀਤ ਘੈਂਟ ਦਾ ਝਾੜੂ ਫੇਰਤਾ ਪ੍ਰੀਤ ਘੈਂਟ ਹੀ ਪੱਟਦਾ ਸੀ ਪਹਿਲਾਂ ਕੋਲੇ ਵਿੱਚ ਕਾਲੀ ਕਾਲੀ ਗੱਲ ਬਣਦੀ ਹੈ ਅੰਦਰ ਦੀ ਭਰਦੇ ਨੂੰ ਅੰਦਰ ਦੀ
पैसे भी कढ़ाने ATM चो औखा। रोटी बई असी हुण खाधी आ, टाइम देख लो किन्ना हो गया, 3:40 हो चुके शाम दे, ते असी सवेर वाली रोटी आ जिहड़ी ओह हुण खाधी आ, यानी 15 हो गए है ना तकरीबन लगभग खाध्या नूं, ऐ मान लो भी 3 खाधी आ। कम तां वधिया औखा ट्रकां दा, कहिंदा सिख ला पुत्त ड्राइवरी माड़े तेरे कर्म, रोटी खाणी कदे कदे ते सौणा अगले जन्म। ਇੱਧਰਲਾ ਜਿਹੜਾ ਟੁੱਟਿਆ ਇਹਦਾ ਤਾਂ ਕਾਰਨ ਆਪਾਂ ਨੂੰ ਪਤਾ ਨਹੀਂ ਲੱਗਿਆ ਹੈ ਨਾ ਵੀ ਟੁੱਟਿਆ ਕਿਵੇਂ ਆ, ਉਹ ਆਪਾਂ ਨੂੰ ਪਤਾ ਵੀ ਜੀਰੀ ਵਾਲੀ ਗੱਡੀ ਡਾਲੀ ਸੀ ਉਹਨੇ ਤਾਂ ਟੁੱਟ ਗਿਆ। ਦੇਖੋ ਕਿਸਮਤ ਦੀ ਗੱਲ ਹੁੰਦੀ ਆ, ਬਾਕੀ ਪੱਤੇ ਵੀ ਆਪਣੀ ਜਗ੍ਹਾ 'ਤੇ ਸਹੀ ਨੇ, ਪਰ ਆਹ ਜਿਹੜੇ ਪੱਤਾ ਮਗਰ ਲਾਏ ਤੇ ਦੋਨੇ ਕੰਨ ਜੇ ਨੇ ਮੈਂ ਲਵਾ ਦਿੱਤੇ ਸੀ ਦੋ, ਇੱਕ ਉਹ ਪਹਿਲਾਂ ਜੀਰੀ ਵਾਲੀ ਗੱਡੀ ਫਸ ਗਈ ਡਰਾਈਵਰ ਸਾਈਡ, ਇਸ ਵਾਰੀ ਕਨੈਕਟਰ ਸਾਈਡ। ਲਾਏ ਵੀ ਹੋ ਗਿਆ ਕੰਮ ਫਿੱਟ, ਅਤੇ ਬੱਤਾ ਬੁੱਤਾ ਪਾ ਤਾ ਹੈਪੀ ਨੇ, ਟਰੈਕਟਰ ਵੀ ਕਰਤਾ ਪੂਰਾ। ਲੰਮੇ ਕੱਦ ਵਾਲੇ ਮੁੰਡੇ ਦਾ ਇੱਕ ਫਾਇਦਾ ਤਾਂ ਹੈਗਾ, ਦੇਖਿਓ ਨਾਟ ਥੱਲੇ ਖੜਾ ਖੜਾ ਹੀ ਲਾ ਦੂ। ਪਿੱਛੇ ਪਿੱਛੇ ਆਉਂਦਾ ਮੇਰੀ ਛਾਲ ਵਹਿੰਦਾ, ਚੀਰੇ ਵਾਲਿਆ ਦੇਖਦਾ ਤੇਰਾ ਲੌਂਗ ਵਾਚਾ, ਕਹਿੰਦਾ ਤੈਨੂੰ ਲੱਗਦਾ ਵੀ ਅਸੀਂ ਤੇਰਾ ਲੌਂਗ ਮੋੜ ਦਿਆਂਗੇ, ਹੁਣ ਨਰਮਾ ਹੋਇਆ ਨੀ ਹੱਥੋਂ ਨਾਦ ਰੱਖੀ, ਹੁਣ ਵੀ ਜੇ ਸਾਨੂੰ ਲੌਂਗ ਇੱਥੇ ਆ ਕੇ ਤੇਰਾ ਮੋੜ ਦਿਆਂਗੇ ਜੀ। ਲੰਮੇ ਬੰਦੇ ਨੂੰ ਮਿੱਤਰਾ ਲੋੜ ਨਹੀਂ ਪੌੜੀ ਦੀ, ਲੰਮੇ ਬੰਦੇ ਨੂੰ ਮਿੱਤਰਾ ਲੋੜ ਨਹੀਂ ਪੌੜੀ ਦੀ। ਮੈਨੂੰ ਲੱਗਦਾ ਜ਼ਿੰਦਗੀ ਚਿਹਰਾ ਤਾਂ ਸਟੰਟ ਹੀ ਕਰੇ ਨੇ ਹਨਾ, ਬਥੇਰੀਆਂ ਬਣਾਈਆਂ ਨੇ ਕਿਸੇ ਪਾਣੀ ਵਾਲਾ ਜਹਾਜ਼ ਗਿਆ ਕਰੋ, ਬੜਾ ਜਿਹਾ ਰੋਜ਼ਾ ਪੈ ਜਾਂਦਾ ਬਣਾਉਣੇ ਆਪਣੇ ਆਪੀ। ਕੀ ਸੇਵਾ ਕਰੀਏ ਮਿਸਤਰੀ, ₹250 ਦੇ ਦੀਏ ਚੱਲੂ। ਆਹ ਦੇਖ ਲੈ ਬਾਈ ਯਾਰ, ਪੈਸੇ ਫੜ ਕੇ ਉਹ ਤੁਰ ਗਿਆ, ਮਗਰ ਮੁੜ ਕੇ ਵੀ ਨੀ ਝਾਕਿਆ। ਕੰਮ ਕਿੰਨਾ ਕੁ ਸੀ ਪਹਿਲਾਂ, ਆਹ ਇੱਕ ਟੋਕਾ ਲਾਇਆ, ਐਵੇਂ ਨਾ ਲੜਨ ਵਾਲੀਆਂ ਗੱਲਾਂ ਕਰੇਗਾ। ਜਦ ਤਾਂ ਕੰਮ ਤੋਂ ਪਹਿਲਾਂ ਪੁੱਛੀਦਾ ਹੁੰਦਾ, ਨਹੀਂ ਕੰਮ ਕਰਾ ਕੇ ਬਾਅਦ 'ਚ ਨਹੀਂ ਕਹੀਦਾ ਹੁੰਦਾ। ਦੇਖ ਲਓ ਇਹ ਜਿਹੀਆਂ ਲੜਾਈ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ ਇਹ, ਉਦੇ ਕਹਿੰਦਾ ਦੁਕਾਨ ਵਾਲੇ ਨੂੰ ਟੁੱਟ ਲੇ,
ਵੀ ਚੀਜ਼ ਪੁੱਛਣ ਤੋਂ ਪਹਿਲਾਂ ਲਓ, ਬਾਅਦ 'ਚ ਨਹੀਂ ਨਾ। ਗੱਲ ਗਲਤ ਆ ਤਾਂ ਗਲਤ ਤਾਂ ਗਲਤ ਹੀ ਆ। ਪਤਾ ਇਹ ਕੀ ਗੱਲ ਹੁੰਦੀ ਆ, ਕੋਈ ਵੀ ਚੀਜ਼ ਆ ਆਪਾਂ ਜੇ ਦੁਕਾਨ 'ਤੇ ਜਾਂਦੇ ਹਾਂ ਰੇਟ ਪੁੱਛਾਂਗੇ ਤਾਂ ਉਹ 20 ਰੁਪਏ ਦੀ ਆ, ਜੇ ਬਿਨਾਂ ਪੁੱਛਿਆ ਆਪਾਂ ਚੱਕ ਲਈ ਆ ਉਹ ਚੀਜ਼ ਲੈ ਲਈ ਖਰੀਦ ਲਈ ਵੀ ਸਾਨੂੰ ਦੇ ਦਿਓ ਜੀ, ਫਿਰ ਉਹ ਹੋ ਜਾਂਦੀ ਆ ਬਾਈ ਜੇ 20 ਵਾਲੀ ਤਾਂ 40 ਦੀ, 40 ਵਾਲੀ 80 ਦੀ, ਇਹ ਚੀਜ਼ਾਂ ਹੋ ਜਾਂਦੀਆਂ। ਇਹ ਪਾਗਲ ਬੰਦਾ ਇਹਨੂੰ ਨਿਓ ਜਲਦੇ ਨਾਲ ਆਹ ਚੀਜ਼ ਇਹਦੇ ਨਾਲ ਲੌਂਕੀ ਯਾਰ ਸਜਕੀ ਯਾਰ ਮੁੜਕ ਮੁੜਕ ਕੇ ਡਿੱਗ ਜਾਣਾ। ਲਓ ਜੀ, ਸੋ ਬਾਬੇ ਦੀ ਜੈ। ਮੀਟਰ ਪਲੇਟ ਤੇ ਬਹੁਤ ਝੂਟਾਂ ਪਈਆਂ ਬਾਬੇ, ਪਲਸ ਪੁਲਸ ਮਾਰਦੇ ਆ ਯਾਰ ਕੱਲ ਨੂੰ। ਆ ਖੜ ਗਈ ਟੈਂਕੀ ਬਈ 45। ਡਾਨਗੜ ਕੱਟੂ ਵਾਲੀਆਂ ਸੇਖਾ ਜਲੂਰ ਉਪਲੀ ਸਾਹੋ ਕੇ ਢੱਡਰੀਆਂ ਕਾਨਪੁਰ ਬਈ ਦੱਸੀ ਕਿਹੜੇ ਪਿੰਡ ਜਾਊਗੀ ਬਸ ਜਾਣਾ ਭਾਲਾ ਤਲਾਲੀ ਸਿਰ ਮੌਜੋ ਮੱਤੀ ਰਾਹ ਦੀ ਸਵਾਰੀ ਨਾ ਹੋਵੇ ਕੋਈ, ਨਹੀਂ ਤਾਂ ਦਾਲ ਪਾਣੇ ਤੱਤੀ ਫਿਰ ਕਰੀ ਜਾਊਂਗੇ। ਅੱਜ ਆਪਾਂ ਸੰਗਤਾਂ ਨੂੰ ਦਰਸ਼ਨ ਕਰਾਉਣੇ ਆ ਅਨੰਦਪੁਰ ਸਾਹਿਬ ਦੇ, ਮੱਥਾ ਟੇਕਣ ਜਾਵਾਂਗੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ। ਐ ਨੀ ਵੀ ਦਰਬਾਰ ਸਾਹਿਬ ਜਾਵਾਂਗੇ, ਆਪਾਂ ਨਹਾਤੇ ਨੀ ਹੈਗੇ ਯਾਰ, ਨਹਾ ਲਾਂਗੇ ਰਹਿਣ ਦੇ, ਗਰਮੀ ਆ ਕਿੱਥੇ ਮੱਥਾ ਮਾਰਾਂ, ਗੱਡੀ ਭਰ ਲਈਏ ਭਰ ਕੇ ਆ ਕੇ ਜਾਣਾ। ਖਾਲੀ ਗੱਡੀ ਨੂੰ ਵੀਰੇ ਹਮੇਸ਼ਾ ਲਾਈਟ ਮੋਡ 'ਤੇ ਰੱਖੋ, ਜਾਣੀ ਇਹਦੇ 'ਚ ਰੱਖੋ ਹੈ ਨਾ, ਅਤੇ ਜਿਹੜਾ ਹੈਵੀ ਵਾਲਾ ਉਹ ਆਪਾਂ ਕਈ ਬੰਦੇ ਕੀ ਕਰਦੇ ਨੇ ਵੀ ਲੋਡ ਗੱਡੀ ਨੂੰ ਵੀ ਗਰੀਨ 'ਚ ਹੀ ਰੱਖਦੇ ਨੇ, ਉਹ ਗੱਡੀ ਤੇਲ ਜ਼ਿਆਦਾ ਖਾਊਗੀ ਕਿਉਂਕਿ ਗੱਡੀ ਮਰਦੀ ਰਹਿੰਦੀ ਆ। ਲੋਡ ਗੱਡੀ ਨੂੰ ਹਮੇਸ਼ਾ ਹੈਵੀ 'ਚ ਚਲਾਓ, ਚਾਹੇ ਅੰਡਰ ਲੋਡ ਆ ਚਾਹੇ ਓਵਰ ਲੋਡ ਆ, ਪਰ ਜਦੋਂ ਤੁਸੀਂ ਕਿਤੇ ਖਾਲੀ ਜਾਂਦੇ ਹੋ ਤਾਂ ਲਾਈਟ ਵਾਲੇ ਚਲਾ ਕੇ ਰੱਖਿਆ ਕਰੋ, ਅਤੇ ਦੇਖੋ ਤੁਸੀਂ ਜ਼ਰੂਰ 2-4 ਲੀਟਰ ਦਾ ਜਿਹੜਾ ਤੁਹਾਡਾ ਤੇਲ ਦਾ ਫਰਕ ਆ ਉਹ ਪਾਊਗੀ। ਇਹ ਚੀਜ਼ ਨੋਟਿਸ ਕਰਨ ਵਾਲੀ ਆ ਮੇਰੇ ਭਰਾ, ਕਈਆਂ ਨੂੰ ਹਾਲੇ ਵੀ ਕਨਫਿਊਜ਼ਨ 'ਚ ਨੇ ਸਿਗਨੇ ਗੱਡੀ ਵਾਲੇ ਕਿ ਇਹਨੂੰ ਹਰੇ 'ਚ ਰੱਖ ਕੇ ਚਲਾਇਆ ਕਰੀਏ ਜਾਂ ਫਿਰ ਲਾਲ 'ਚ, ਆਪਾਂ ਤਾਂ ਇਸ ਚੀਜ਼ 'ਤੇ ਚਲਾਉਂਦੇ ਹਾਂ। ਸੋ ਜਦੋਂ ਵੀ ਖਾਲੀ ਹੁੰਦੇ ਹਾਂ ਉਦੋਂ ਲਾਈਟ ਮੋਡ ਯੂਜ਼ ਕਰਦੇ ਹਾਂ, ਨਹੀਂ ਤਾਂ ਫਿਰ ਹੈਵੀ 'ਤੇ ਰੱਖਦੇ ਹਾਂ ਜੀ। ਪਹੁੰਚ ਚੁੱਕੇ ਹਾਂ ਜੀ ਅਨੰਦਪੁਰ ਟੋਲ ਪਲਾਜ਼ੇ ਦੇ ਉੱਤੇ, ਟੋਲ ਪਲਾਜ਼ੇ 'ਤੇ ਪਹੁੰਚ ਚੁੱਕੇ ਹਾਂ ਵੀਰੇ। ਉਹ ਜਾਮ ਜਾਮ ਜਾਮ, ਐਸਾ ਹੈ ਡਰਾਈਵਰੀ ਕਾ ਕਾਮ ਗੋਰੀਏ, ਜਿੱਥੇ ਜਾਈਏ ਮਿਲਦੇ ਆ ਜਾਮ ਗੋਰੀਏ। ਕਰਮਾਂ ਦੇ ਵਿੱਚ ਸਾਡੇ ਧੱਕੇ ਹੁੰਦੇ ਆ, ਤਾਂ ਹੀ ਤਾਂ ਡਰਾਈਵਰ ਇਹ ਅੱਕੇ ਹੁੰਦੇ ਆ, ਤਾਂ ਹੀ ਤਾਂ ਡਰਾਈਵਰ ਇਹ ਅੱਕੇ ਹੁੰਦੇ ਆ। ਜਗਾੜ ਲਾ ਤਾ ਕਾਹਦਾ ਬਈ, ਨਹੀਂ ਲਾਉਂਦੇ ਆ ਜਗਾੜ, ਲੋਕ ਜਾਈ ਜਾਂਦੇ ਆ ਰੋਂਗ ਸਾਈਡ ਹੀ, ਹੁਣ ਫਿਰ ਕੀ ਕਰਨ ਜਦੋਂ ਜਾਮ ਲੱਗਿਆ ਵੀ। ਜਾਮ ਦਾ ਕੋਈ ਹੱਲ ਨਹੀਂ ਹੈ ਨਾ, ਨਾਲੇ ਕਹਿੰਦੇ 3 ਮਿੰਟ ਤੋਂ ਵੱਧ ਟੂਲ 'ਤੇ ਕੋਈ ਰੋਕ ਨਹੀਂ ਸਕਦਾ, ਨਾ ਤਾਂ ਆਪਣੇ ਲੋਕ ਕਾਨੂੰਨ ਫੋਲੋ ਕਰਦੇ ਆ ਅਤੇ ਨਾ ਆਪਣੇ ਸਾਥ ਵੀ ਨਹੀਂ ਦਿੰਦਾ ਕੋਈ। ਹੁਣ ਮੰਨ ਲਾ ਆਪਾਂ ਬੈਸਣ ਲੱਗ ਜਾਈਏ ਉਰੇ ਕਿ ਬਾਈ ਸਾਨੂੰ ਜਾਮ 'ਚ ਬੈਠਿਆਂ ਨੂੰ ਇੰਨਾ ਚਿਰ ਹੋ ਗਿਆ ਨਾ, ਤਾਂ ਆਪਣੇ ਨਾਲ ਕੋਈ ਖੜਨ ਵਾਲਾ ਮੈਨੂੰ ਲੱਗਦਾ ਨਹੀਂ ਵੀ ਹੈਗਾ।
ਅਗਲਾ ਕਹਿੰਦਾ ਆਪਾਂ ਕੀ ਲੈਣਾ, ਛੱਡ ਪਰਾਂ, ਚਲੋ ਚਲੋ। ਹੈਪੀ ਰੁਪਏ ਤਾਂ ਏ ਟੀ ਐੱਮ ਕਾਰਡ ਦੇ ਕੇ, ਮੈਂ ਕਿਹਾ ਕੈਸ਼ ਤਾਂ ਘੱਟ ਹੀ ਆ ਬਾਈ, ਕਾਰਡ ਸਕੈਨ ਕਰ ਲਾ ਫਟਾਫਟ। ਤਰਫ ਰੋਡ ਬੰਦ ਆ ਵੀਰੇ, ਰੋਡ ਦੀ ਸ਼ਾਇਦ ਮੁਰੰਮਤ ਹੋ ਰਹੀ ਆ, ਤਾਂ ਕਰਕੇ ਆਪਾਂ ਚੱਲਾਂਗੇ ਰੋਂਗ ਸਾਈਡ। ਆਪਣੀ ਸਾਈਡ ਜਾ ਰਹੇ ਹਾਂ, ਧੰਨਵਾਦ ਧੰਨਵਾਦ ਜੀ, ਦਰਸ਼ਨ ਕਰ ਸਕਦੇ ਹਾਂ। ਪਹੁੰਚ ਚੁੱਕੇ ਹਾਂ ਆਪਾਂ, ਹਰ ਖੰਭੇ 'ਤੇ ਚੰਨੀ ਬੈਠਾ ਹੁਣ ਤਾਂ। ਐਲਾਨ ਮੰਤਰੀ ਚੰਨੀ ਬੱਸ ਸਟੈਂਡ ਆ ਚੁੱਕਾ ਜੀ, ਸ਼੍ਰੀ ਅਨੰਦਪੁਰ ਸਾਹਿਬ ਦਾ ਚੈੱਕ ਕਰ ਸਕਦੇ ਹੋ, ਬੱਸ ਸਟੈਂਡ ਸ਼੍ਰੀ ਅਨੰਦਪੁਰ ਸਾਹਿਬ। ਸੋ ਟੈਡੀ ਵੈਡੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਗੁਰਦੁਆਰਾ ਸਾਹਿਬ ਕੋਲ, ਅਤੇ ਇੱਥੋਂ ਬਈ ਆਹ ਰੋਡ ਆ ਜਿਹੜਾ ਹੈਗਾ ਨੈਣਾ ਦੇਵੀ ਨੂੰ, ਮਾਤਾ ਸ਼੍ਰੀ ਨੈਣਾ ਦੇਵੀ ਜੀ, ਉਹ ਟਿੱਪਰ ਮੁੜ ਰਿਹਾ ਦੇਖ ਸਕਦੇ ਹੋ ਤੁਸੀਂ, ਸੱਜੇ ਹੱਥ ਮੁੜ ਗਿਆ ਜੀ ਨੈਣਾ ਦੇਵੀ। ਸੋ ਬਾਕੀ ਤੁਸੀਂ ਇਹ ਨਾ ਕਹੋ ਕਿ ਡਰਾਈਵ ਕਰਦੇ ਹੋ ਨਾ ਵੀਡੀਓ, ਸੋ ਸਪੀਡ ਤੁਸੀਂ ਆਪਣੀ ਦੇਖ ਹੀ ਸਕਦੇ ਹੋ, 20 ਤੋਂ 25 ਦੇ ਵਿੱਚ ਆ, ਠੀਕ ਹੈ ਜੀ। ਟੂਰ ਬਦਲ ਲਈ ਹੁਣ ਆਪਾਂ, ਗਰੀਬੀ ਦਾ ਵਾਪਰਾ ਟਾਈਮ ਪਾਸ ਕਰਦੇ ਸੀ, ਟਾਇਰ ਖਰਾਬ ਹੋ ਗਿਆ ਸੀ।
ਤੁਹਾਨੂੰ ਪਤਾ ਵੀ ਓਵਰਲੋਡ ਤੇ ਇਹਨੇ ਚੱਲਣਾ ਨਹੀਂ, ਫੜ ਜਾਣਾ, ਕਿਉਂਕਿ ਟਾਇਰ ਵੱਡਾ ਛੋਟਾ ਹੀ ਬਹੁਤ ਆ। ਚੱਕ ਦਿਓ, ਚੱਕ ਦਿਓ ਕੰਮ ਨੂੰ, ਚੱਕ ਦਿਓ। ਮੜੀ ਗੇ ਚੱਕ ਲਿਆ, ਇਹ 'ਚ ਵੀ ਹਵਾ ਅਤੇ ਉਹ 'ਚ ਵੀ ਚੈੱਕ ਕਰਕੇ ਇੱਕੋ ਜਿਹੀ ਕਰਕੇ ਲਾ ਦੇ, 90-90 ਕਰ ਦੀ। ਚੜ੍ਹਦੀ ਕਲਾ 'ਚ ਸਤਿ ਸ਼੍ਰੀ ਅਕਾਲ, ਇਹਦਾ ਹੀ ਕਰਨਾ, ਰੱਖ ਸਾਂਭ ਕੇ ਕਦੇ ਕੁੰਡੀ ਪੈ ਜਾਂਦੀ ਆ, ਇਹ 'ਚ ਥੋੜ੍ਹਾ ਪਏਗਾ, ਆਹ ਕਿੱਥੇ ਕੰਮ ਦੇ ਜਾਂਦੀ ਆ ਵੇਲੇ ਕੁ ਵੇਲੇ ਹਨੇਰੇ ਸਵੇਰੇ। ਟਾਈਮ ਪਾਸ ਆ ਬਾਈ, ਟਾਈਮ ਪਾਸ। ਹਾਂ ਹਾਂ, ਹਨੇਰੇ 'ਚ ਤਾਂ ਹੀ ਲੱਗੇ ਸੱਪ, ਫਿਰ ਟਾਇਰ ਬਾਈ ਸਾਡਾ ਭੀੜ 'ਚ ਆ ਗਿਆ ਸੀ, ਉਦੋਂ ਦੇ ਉਹਨੂੰ ਲਾ ਕੇ ਫਿਰ ਅਸੀਂ ਪਿੱਛੇ ਲਾਇਆ ਵੀ ਯਾਰ ਇੱਥੇ ਤਾਂ ਚੱਲਣਾ ਨਹੀਂ ਕੰਮ। ਔਰ ਘਰੇ ਕਿਵੇਂ ਨਾ ਹੈਪੀ, ਇਹ ਵਿਚਾਰਾ ਦੋ ਤਿੰਨ ਥਾਂ ਤੋਂ ਹੋ ਗਿਆ ਯਾਰ ਇਹ। ਲਾ ਦੇ ਸਕੀਮ, ਲਾ ਦੇ ਲਾ ਦੇ। ਯੈਸ, ਚੱਕ ਪੀ ਲਾ ਬੜਾ ਜ਼ੋਰ ਹੁਣ ਆਊਗਾ। ਕੀ ਗੱਲ ਹੈ, ਗੱਲ ਕੀ ਏ, ਕਿਆ ਬਾਤ ਹੈ ਵੇ ਜੱਟਾ, ਕਿਆ ਬਾਤ ਹੈ, ਕੱਲ ਦੱਸੀ ਕੀ ਦੇਣਾ। ਆਵਾਂ ਮੈਂ ਵੀ, ਦੇਖੀ ਦੇਖੀ ਲਿਆਵਾਂ ਦਾੜੀ, ਲਿਆਵਾਂ ਦਾੜੀ, ਦਾੜੀ ਨਹੀਂ ਭੜਾ ਚੁੱਬਰ ਸਾਡਾ ਨੌਜਵਾਨ ਪੂਰਾ ਤਕੜਾ ਹੈ। ਉੱਥੇ ਲਾਈ ਜਿੱਥੋਂ ਖੋਲਿਆ ਸੀ, ਘੁਮਾ ਕੇ ਥੱਲੇ ਕਰਕੇ ਕਹਦੇ ਇਹਦਾ ਨਹੀਂ। ਅੱਜ ਆਪਾਂ ਜੇ ਨਾਂ ਬਦਲਦੇ ਨਾ ਕਲਿਆਣ ਕਰ ਦਿੰਦੇ ਹੈ ਨਾ, ਕਾਹਨੂੰ ਯਾਰ ਪਹਿਲੀ ਰੁਪਈਆ ਹੈ ਨਹੀਂ ਕੋਲੇ, ਔਖਾ ਹੋਇਆ ਪਿਆ ਕੰਮ। ਆਹ ਟਾਇਰ ਲਾਉਂਦੇ ਹਾਂ ਇਹਦੇ ਨਾਲ ਹੁਣ ਭਰਾਵੋ, ਖੋਲੋ ਦਾ ਤੇ ਗੱਡੀਆਂ ਤੁਸੀਂ ਦੇਖ ਸਕਦੇ ਹੋ, ਕ੍ਰੈਸ਼ਰ ਭਰਨ ਵਾਲੀਆਂ ਵੀ ਖੜੀਆਂ ਨੇ ਅਤੇ ਕ੍ਰੈਸ਼ਰ ਭਰ ਕੇ ਵੀ ਖੜੀਆਂ ਨੇ। ਆ ਵਧੀਆ ਟਰਾਲੀ ਦੇ ਥੱਲੇ ਦੀ, ਕਦੇ ਉੱਧਰ ਕਦੇ ਉੱਧਰ, ਬਾਹਰ ਹੀ ਲਾ ਦੇ ਕਦੇ, ਕੁਛ ਨਹੀਂ ਹੁੰਦਾ। ਬਲਕਾਰ ਇੰਨਾ ਕਾ ਵੀ ਕੰਪਨੀ ਅੱਡੋ ਅੱਡੀ ਆ, ਇਹ ਵੀ ਬ੍ਰਿਜ ਸਟੋਨ ਦੇ ਵਾਂਗੂ ਟਾਇਰ ਵੱਡੇ ਹੁੰਦੇ ਨੇ ਇਹ, ਬੋਲੋ ਦੇ MRF ਸਾਈਜ਼ 'ਚ ਛੋਟਾ, ਮਜ਼ਬੂਤੀ 'ਚ ਤਾਕਤਵਰ।
चल भाई कस दे अपनी ब्रांड का पहुंच चुके भाई क्रैशर से गलबात सिरा होया पिया मेरे सिरा होया पिया तेरी सरकार ने वीरे ਚੰਦਰੀ ਸਰਕਾਰ ਨੇ ਵੀਰੇ ਹੁਣ ਤੱਕ ਤਾਂ ਸੁਣੀ ਨਾ ਸਾਡੀ ਆਉਣਾ ਸੀ ਸਭ ਤੋਂ ਅੱਗੇ ਕਰਤਾ ਸਾਨੂੰ ਸਭ ਤੋਂ ਫਾਡੀ ਆ ਡੀਜ਼ਲ ਨਿੱਤ ਹੋਵੇ ਮਹਿੰਗਾ ਕੰਮ ਨਾ ਕਦੇ ਫੜਦਾ ਤੇਜੀ ਖੰਨੇ ਦੀ ਗੱਡੀ ਲਾ ਕੇ ਜਾਂਦੇ ਸਮਰਾਲੇ ਭੇਜੀ ਓਏ ਰਲ ਕੇ ਸਭ ਕਰਦੇ ਧੱਕਾ ਕਰਦੇ ਨੇ ਖੱਜਲ ਖੁਆਰ ਕਿਹਨੂੰ ਦੁੱਖ ਦੱਸਣ ਦਿਲ ਦਾ ਵੀਰ ਕੋਈ ਲੈਂਦਾ ਨਹੀਂ ਡਰਾਈਵਰਾਂ ਦੀ ਸਾਰ ਕਹਿੰਦਾ ਕਿਧਰੇ ਹੱਥ ਪੱਗ ਨੂੰ ਪੈਂਦਾ ਕਿਧਰੇ ਨੇ ਡੰਡੇ ਪੈਂਦੇ ਕਰਨਾ ਸ਼ਰਮ ਡੀਟੀ ਉਹ ਅੰਡਰਲੋਡ ਤੋਂ ਐਂਟਰੀ ਲੈਂਦੇ ਆਪਣਾ ਹੀ ਭਾੜਾ ਵੀਰੇ ਲੱਗਦਾ ਜਿਵੇਂ ਧਾਰ ਜਾ ਮੰਗਿਆ ਅੱਜ ਨਹੀਂ ਮੈਂ ਕੱਲ ਨੂੰ ਦੇਣਾ ਕਹਿ ਕੇ ਸਾਨੂੰ ਸੂਲੀ ਟੰਗਿਆ ਓਏ ਨਿੰਮ ਦੀ ਮੈਂ ਦਾਤਣ ਵਰਗਾ ਕੌੜਾ ਤਾਂ ਲੱਗੂਗਾ ਕਹਿੰਦਾ ਸੱਚ ਖਿਆਲੇ ਵਾਲਾ ਕੀੜੇ ਤਾਂ ਕੱਢੂਗਾ ਓਏ ਕਹਿੰਦਾ ਸੱਚ ਖਿਆਲੇ ਵਾਲਾ ਕੀੜੇ ਤਾਂ ਮੈਂ ਕੱਢੂਗਾ।